ਪੰਜਾਬ ਦੇ ਵਿੱਚ ਅਨੇਕਾਂ ਪਚੈਤੀ ਜ਼ਮੀਨਾਂ ਤੇ ਲੋਕਾਂ ਦੇ ਕਬਜ਼ੇ ਨੇ ਔਰ ਪਿਛਲੇ ਸਮੇਂ ਦੌਰਾਨ ਦੇਖਿਆ ਕਿ ਕਈ ਦਮਾਂ ਤੋਂ ਸਰਕਾਰ ਨੇ ਦਾਵਾ ਕੀਤਾ ਕਿ ਕਬਜ਼ੇ ਛਡਵਾਏ ਜਾ ਰਹੇ ਨੇ ਅੱਜ ਡੇਰਾ ਬਸੀਡ ਬਲਾਕ ਦੇ ਵਿੱਚ ਵੀ ਇੱਕ ਪਿੰਡ ਦੀ ਜ਼ਮੀਨ ਹੈ ਜਿਹੜੀ ਵਕਫ ਵਕਫ ਲੋਕਾਂ ਦੇ ਕਬਜ਼ੇਡ ਸੀ ਦਾਵਾ ਕੀਤਾ ਜਾ ਰਿਹਾ ਹੈ ਕਿ ਉਸ ਜ਼ਮੀਨ ਤੋਂ ਕਬਜ਼ਾ ਛਡਵਾਇਆ ਗਿਆ ਪੰਜਾਬ ਦੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਪੁਲਰਹੋਣੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੀ ਟੀਮ ਇੱਥੇ ਪਹੁੰਚੀ ਕਬਜ਼ਾ ਛਡਵਾਉਣ ਦੇ ਲਈ ਪੁਲਿਸਪ ਕਿੰਨੀ ਜ਼ਮੀਨ ਹੈ ਜਿਹੜੀ ਜਿਹਦੇ ਤੇ ਇੱਥੇ ਕਬਜ਼ਾ ਸੀਗਾ ਔਰ ਜਿਸ ਤਰ੍ਹਾਂ ਦਾਵਾ ਕੀਤਾ ਜਾ ਰਿਹਾ ਕਿੰਨੀ ਜ਼ਮੀਨ ਤੋਂ ਕਬਜ਼ਾ ਛਡਵਾਇਆ ਗਿਆ ਔਰ ਮਾਮਲਾ ਕਿੱਥੇ ਸੀ ਇਹ ਟੋਟਲ ਜਿਹੜੀ ਆ ਸਾਡੀ ਭਗਵਾਸੀ ਪਿੰਡ ਦੀ 64 ਏਕੜ ਦੇ ਕਰੀਬ ਸਾਡੀ ਇਹ ਜ਼ਮੀਨ ਹੈ ਜਿਹਦੇ ਚੋਂ 11 ਏਕੜ ਤੇ ਮਾਨਯੋਗ ਹਾਈ ਕੋਰਟ ਦਾ ਸਟੇ ਆ ਉਹ ਅਸੀਂ ਛੱਡ ਦਿੱਤੀ ਐ 53 ਏਕੜ ਦਾ ਅੱਜ ਦਖਲ ਲਿਆ ਗਿਆ ਪੰਜਾਬ ਸਰਕਾਰ ਦੇ ਅਧੀਨ ਲਿਆਂਦੀ ਗਈ ਐ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਸਾਲ ਤੋਂ ਹੀ ਜਿਹੜੀ ਪੰਜਾਬ ਸਰਕਾਰ ਦੀਆਂ ਜਿਹੜੀਆਂ ਸ਼ਾਮ ਲੇਟ ਆਬਾਦੀ ਸ਼ਾਮ ਲਾਟ ਆਬਾਦੀ ਦੇ ਜਾਂ ਜਿੰਨੀਆਂ ਵੀ ਪੰਚਾਇਤੀ ਜ਼ਮੀਨਾਂ ਨੇ ਮੁਸਤਰਕਾ ਮਾਲ ਕਨਾਂ ਉਹ ਸਾਰੀਆਂ ਤੇ ਹੀ ਦਖਲ ਲਏ ਜਾ ਰਹੇ ਆ ਅੱਜ ਤੱਕ ਲਗਭਗ 12000 ਏਕੜ ਜ਼ਮੀਨ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਕਬਜ਼ੇ ਅਧੀਨ ਆ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਸਰਕਾਰੀ ਜ਼ਮੀਨਾਂ ਆ ਪਹਿਲਾਂ ਤੇ ਮੈਂ ਜਿਹੜੇ ਕਿਸਾਨ ਵੀਰ ਸਾਡੇ ਖੇਤੀ ਕਰਦੇ ਨਾ ਜ਼ਮੀਨਾਂ ਤੇ ਬੜਾ ਲੰਮਾ ਸਮਾਂ ਇਹਨਾਂ ਨੇ ਇਥੋਂ ਖੇਤੀ ਕਰਕੇ ਕਮਾਈਆਂ ਕੀਤੀਆਂ ਉਹਨ ਇਹਨਾਂ ਨੂੰ ਆਪ ਹੀ ਅੱਗੇ ਆ ਕੇ ਜ਼ਮੀਨਾਂ ਜਿਹੜੀਆਂ ਪੰਜਾਬ ਸਰਕਾਰ ਨੂੰ ਵਾਪਸ ਕਰਨੀਆਂ ਚਾਹੀਦੀਆਂ ਤੇ ਜਿਹੜੀ ਇਹ 53 ਏਕੜ ਜ਼ਮੀਨ ਦਾ ਅੱਜ দখল ਲਿਆ ਇਹ ਲਗਭਗ 40 ਕਰੋੜ ਦੀ ਇਨਕਮ ਦੀ ਇਹ ਜ਼ਮੀਨਾਂ 40 ਕਰੋੜ ਦੀ ਕੋਸਟ ਆ ਇਸ ਜ਼ਮੀਨ ਦੀ ਬੜੀ ਪ੍ਰਾਈਮ ਲੋਕੇਸ਼ਨ ਆ ਇੰਡਸਟਰੀਅਲ ਏਰੀਆ ਜਿੱਥੋਂ ਇਹ ਜ਼ਮੀਨ ਛਡਾਈ ਆ ਆਉਣ ਵਾਲੇ ਸਮੇਂ 'ਚ ਸਾਡੇ ਮਹਾਲੀ ਦੇ ਲਾਗੇ ਰੋਪੜ ਏਰੀਏ 'ਚ ਮਾਜ਼ਰੀ ਬਲਾਕ ਦੇ ਵਿੱਚ ਜਿਹੜੀਆਂ ਬੜੀਆਂ ਕੀਮਤੀ ਜ਼ਮੀਨਾਂ ਏਕ-ਏਕ ਏਕੜ ਦਾ 5-5 7-7 ਕਰੋੜ ਰੁਪਈਆ ਮੋਲਿਆ ਇਹ ਸਾਰੀਆਂ ਜ਼ਮੀਨਾਂ ਦੇ ਦਖਲ ਲਵਾਂਗੇ ਪਿਛਲੇ ਸਮੇਂ ਦੌਰਾਨ ਵੀ ਕਈ ਥਾਂ ਤੋਂ ਕਬਜ਼ੇ ਛਲਵਾਉਣ ਦੀ ਕੋਸ਼ਿਸ਼ ਵੀ ਹੋਈ ਜਾਂ ਦਾਅਵਾ ਕੀਤਾ ਗਿਆ ਛਲਵਾਏ ਵੀ ਗਏ ਪਰ ਉਹ ਮਾਮਲੇ ਵੀ ਕਿਤਨੇ ਕੀਤੇ ਉਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਜਾ ਕੇ ਲਟਕੇ ਵਕ ਵਕ ਦਾਅਵੇ ਕੀਤੇ ਇੱਥੇ ਵੀ ਦਾਅਵੇ ਕੀਤਾ ਜਾ ਰਿਹਾ ਸੀ ਕੁਝ ਲੋਕਾਂ ਦੇ ਵੱਲੋਂ ਕਿ ਸਾਡੇ ਕੋਲੇ ਕੋਰਟ ਦਾ ਸਟੇ ਹੈ ਮੇਕੋ ਜਿਹੜੀ 11 ਏਕੜ ਤੇ ਸਟੇ ਹੈ ਨਾ ਉਹ ਵੀ ਅਸੀਂ ਆਪਣੇ ਪੇਪਰ ਪੇਸ਼ ਕਰਕੇ ਉਹ ਵੀ ਉਹਦਾ ਵੀ ਦਖਲ ਲੈਣਾ ਪੰਜਾਬ ਸਰਕਾਰ ਦੇ ਕਬਜ਼ੇ ਹੱਥ ਹੀ ਲਿਆਵਾਂਗੇ ਉਹ ਵੀ ਜ਼ਮੀਨ ਇਹ ਜਿਹੜਾ ਸਟੇ ਲੈ ਕੇ ਆਉਂਦੇ ਨਾ ਕਿਤੇ ਨਾ ਕਿਤੇ ਸਾਡੇ ਕੋਈ ਅਫਸਰ ਕੋਈ 19 21 ਇਹਨਾਂ ਨੂੰ ਪੇਪਰ ਬਣਾ ਦਿੰਦੇ ਆ ਤੇ ਜੀਹਦਾ ਕਰਕੇ ਇਹਨਾਂ ਨੂੰ ਗਲਤ ਪੇਪਰ ਪੇਸ਼ ਕਰਨ ਕਰਕੇ ਮਿਲ ਜਾਂਦਾ ਸਟੇ ਬਾਕੀ ਜ਼ਮੀਨ ਦੀ ਮਾਲਕੀ ਸਰਕਾਰ ਦੀ ਆ ਜਿਹੜਾ ਮਾਲਕ ਹੁੰਦਾ ਉਹੋ ਹੀ ਮਾਲਕੀ ਖਾਨੇ 'ਚ ਬੋਲਦਾ ਤੇ ਸਿਰਫ ਇਹ ਨਹੀਂ ਵੀ ਕਾਸਤਕਾਰ ਜਿਹੜਾ ਵਾ ਉਹ ਕਬਜ਼ਾ ਕਰ ਲੇ ਤੇ ਉਹ ਸਟੇ ਲੈਵੇ ਉਹ ਮਾਲਕ ਬਣ ਕੇ ਬਹਿ ਜੇ ਤੇ ਗਲਤ ਨੀਤੀ ਹੈ ਇਹਨਾਂ ਲੋਕਾਂ ਦੀ ਇਹ ਲੋਕ ਜਿਹੜੇ ਸਪਿੰਡ ਵਾਲੇ ਬਗਵਾਸੀ ਵਾਲੇ ਕਦੂਕ ਤੋਂ ਕਬਜ਼ਾ ਇਹਨਾਂ ਦੇ ਕੋਲੇ ਸੀਗਾ ਔਰ ਕੀ ਇਹਨਾਂ ਨੇ ਠਿੱਕੇ ਦੇ ਜ਼ਮੀਨ ਲਈ ਸੀ ਜਾਂ ਫਿਰ ਸਿਰਫ ਰਸੂਕ ਦੇ ਚੱਲਦੇ ਇਹਨਾਂ ਦਾ ਕਬਜ਼ਾ ਸੀ ਵੇਖੋ ਪਹਿਲਾਂ ਤੇ ਇਹ ਜ਼ਮੀਨ ਠੇਕੇ ਤੇ ਵੰਦੇ ਰਿਆ ਚਕੋਤਾ ਤਾਰ ਦੇ ਰਿਆ ਇੱਥੇ ਮਾਲਵੇ ਵਿੱਚ ਚਕੋਤਾ ਕਹਿ ਦਿੰਦੇ ਠੇਕੇ ਨੂੰ ਠੇਕੇ ਦੇ ਲਈ ਜ਼ਮੀਨ ਪਹਿਲਾਂ ਠੇਕਾ ਦਿੰਦੇ ਰਿਆ ਮੁੜ ਕੇ ਹੌਲੀ ਹੌਲੀ ਜਿਵੇਂ ਪੋਲੀਟੀਕਲ ਪਾਰਟੀਆਂ ਪਿਛਲੇ ਸਮੇਂ 'ਚ ਆਪਾਂ ਨੂੰ ਪਤਾ ਕਾਲੀ ਦਲ ਕਾਂਗਰਸ ਰਹੀ ਆ ਉਹਨਾਂ ਦੇ ਅਸਰ ਰਸੂ ਕਰਕੇ ਇਹਨਾਂ ਠੇਕੇ ਦੇਣੇ ਬੰਦ ਕਰਤੇ ਫਿਰ ਹੌਲੀ-ਹੌਲੀ ਇਹਨਾਂ ਆਪ ਦੇ ਨਾਲ ਗਰਦੌਰੀਆਂ ਕਰਾਉਣੀਆਂ ਸ਼ੁਰੂ ਕਰਤੀਆਂ ਝੂਠੀਆਂ ਰਿਸ਼ਤਿਆਂ ਬਣਾਉਣੀਆਂ ਸ਼ੁਰੂ ਕਰਤੀਆਂ ਕੁਝ ਨਾ ਕੁਝ ਸਾਡੇ ਵੀ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਹੀ ਸਾਡੇ ਅਫਸਰ ਜਿਹੜੇ ਉਹ ਪ੍ਰੇਸ਼ਟ ਨੇ 100 'ਚੋਂ 1-2% ਜਿਹੜੇ ਪ੍ਰੇਸ਼ਟ ਅਫਸਰ ਨੇ ਉਹਨਾਂ ਦੀ ਮਿਲੀਭੁਗਤ ਕਰਕੇ ਇਹ ਕੰਮ ਹੁੰਦੇ ਆ ਉਹ ਤਾਂ ਫਿਰ ਕੀ ਕਰਨਾ ਜੀ ਜਿਨ੍ਹਾਂ ਦੀ ਮਿਲੀਭੁਗਤ ਤੁਸੀਂ ਦਾਅਵਾ ਕਰ ਰਹੇ ਜਿਹੜੇ ਅਫਸਰਾਂ ਦੀ ਮਿਲੀਭੁਗਤ ਨਿਕਲੂ ਉਹਨਾਂ ਤੇ ਸਖਤ ਕ ਕਸੂਰ ਘਟਿਆ ਚਾਰਸ਼ੀਟ ਜਾਰੀ ਕਰਾਂਗੇ ਜੇ ਕਸੂਰ ਵਾਧਿਆ ਤੇ ਫਿਰ ਉਹਨਾਂ ਨੂੰ ਸਸਪੈਂਡ ਵੀ ਕਰਾਂਗੇ ਵੇਖੋ ਜਿਹੜੀ ਥਾਂ ਤੋਂ ਆਪਾਂ ਰੋਟੀ ਖਾਂਦੇ ਆ ਜਿਹੜੀ ਕੁਰਸੀ ਤੇ ਬਹਿ ਕੇ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਟੈਕਸ ਦੇ ਪੈਸੇ ਨਾਲ ਸਾਨੂੰ ਤਨਖਾਹ ਮਿਲਦੀ ਆ ਤੇ ਸਾਨੂੰ ਫਿਰ ਪੰਜਾਬ ਦੇ ਲੋਕਾਂ ਲਈ ਲੜਨਾ ਚਾਹੀਦਾ ਨਾ ਕਿ ਸਾਨੂੰ ਉਹਨਾਂ ਲੋਕਾਂ ਲਈ ਜਿਹੜੇ ਭੂ ਮਾਫੀਆ ਨੇ ਜਿਹੜੇ ਕਾਬਜਕਾਰ ਨੇ ਉਹਨਾਂ ਲਈ ਕੁਝ ਚੰਦ ਪੈਸਿਆਂ ਦੀ ਖਾਤਰ ਕਰੋੜਾਂ ਅਰਬਾਂ ਰੁਪਈਆਂ ਦੀ ਜ਼ਮੀਨ ਹੁੰਦੀ ਆ ਤੇ ਆਪਾਂ ਥੋੜੇ ਜੇ ਪੈਸਿਆਂ ਦੀ ਖਾਤਰ ਆ ਲੋਕਾਂ ਦੇ ਨਾਂ ਤੇ ਆਪਾਂ ਜ਼ਮੀਨਾਂ ਦੀਆਂ ਝੂਠੀਆਂ ਗਰਦੌਰੀਆਂ ਕਰ ਦਿੰਨੇ ਆ ਇਹ ਮੁੜ ਕੇ ਫਿਰ ਹੋ ਜਾਂਦੇ ਆ ਤੇ ਜਿਹੜੇ ਸਾਡੇ ਮੈਂ ਨਾਲ ਇਹ ਵੀ ਬੇਨਤੀ ਕਰਦਾ ਸਾਡੇ ਵੀਡੀਓ ਆ ਡੀਡੀਪੀਓ ਏਡੀਸੀ ਆ ਜਿੰਨੇ ਵੀ ਕੇਸ ਮਾਨ ਜੋ ਹਾਈ ਕੋਰਟ ਚੱਲਦੇ ਆ ਜਾਂ ਅਦਾਲਤਾਂ ਦੇ ਏਡੀਸੀ ਡੀਡੀਪੀਓ ਦੀ ਅਦਾਲਤ ਚ ਉਹ ਕੇਸ ਆਪ ਜਾ ਕੇ ਉੱਥੇ ਪੇਸ਼ ਹੋਣ ਉਹਨਾਂ ਦੀਆਂ ਜਿਹੜੀਆਂ ਚੜ੍ਹੀਆਂ ਗਰਦੌਰੀਆਂ ਉਹ ਤੜਾ ਕੇ ਉਹ ਫੇਰ ਜ਼ਮੀਨਾਂ ਜਿਹੜੀਆਂ ਵਾ ਆਪਣੇ ਪੰਜਾਬ ਸਰਕਾਰ ਦੇ ਨਾਮ ਲੈ ਕੇ ਆਉਣ ਤੇ ਆਪਾਂ ਉਹਨਾਂ ਦੇ ਦਖਲ ਲਈਏ ਪੰਜਾਬ ਸਰਕ ਜਿਹੜਾ ਕਰਜ਼ਾ ਜਿਹੜਾ ਉਹ ਕਰਜ਼ਾ ਲਈਏ ਪੁਲਿਸ ਤੁਸੀਂ ਕਹਿੰਗੇ 12000 ਏਕੜ ਦੇ ਕਰੀਬ ਹੁਣ ਤੱਕ ਕਬਜ਼ਾ ਛੁੜਵਾਇਆ ਜਾ ਚੁੱਕਿਆ ਤੁਸੀਂ ਹੁਣ ਤੱਕ ਤੁਹਾਡੇ ਕੋਲ ਅੰਕੜਾ ਆ ਗਿਆ ਹੋਊਗਾ ਟੋਟਲ ਜ਼ਮੀਨ ਹਜੇ ਕਿੰਨੀ ਹੈ ਜਿਹੜੀ ਹਲੇ ਵੀ ਲੋਕਾਂ ਦੇ ਕਬਜ਼ੇ ਹੇਠ ਹੈ ਤੇ ਉਹਨੂੰ ਲੈ ਕੇ ਕੀ ਪ੍ਰੋਸੈਸ ਚੱਲ ਰਿਹਾ ਹੈ ਵੇਖੋ ਜਿੰਨੀ ਵੀ ਜ਼ਮੀਨ ਹੈ ਹਜ਼ਾਰਾਂ ਏਕੜ ਹਜੇ ਲੋਕਾਂ ਦੇ ਕਬਜ਼ੇ ਹੇਠ ਹੈ ਜਿੰਨੀ ਵੀ ਜ਼ਮੀਨ ਹੈ ਕੋਈ ਤੇ ਸਾਡੇ ਏਡੀਸੀ ਡੀਡੀਪੀਓ ਦੀਆਂ ਅਦਾਲਤਾਂ ਚੱਲਦੇ ਪਏ ਕੇਸ ਕੁਝ ਡਾਇਰੈਕਟਰ ਦੀ ਅਦਾਲਤ ਚ ਚੱਲਦੇ ਪਏ ਆ ਜਿਹੜੇ ਕਈ ਜ਼ਮੀਨਾਂ ਦੇ ਹਜੇ ਕੇਸ ਹੀ ਨਹੀਂ ਆਲੇ ਉਹ ਵੀ ਅਸੀਂ ਕੇਸ ਜਲਦੀ ਅਪਲਾਈ ਕਰਾਵਾਂਗੇ ਤੇ ਜਿਹੜਾ ਆਉਣ ਵਾਲਾ 1 ਸਾਲ ਆ ਉਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਆ ਸਾਡੇ ਇਹ ਡੀਡੀਪੀਓ ਦੀਆਂ ਅਦਾਲਤਾਂ ਜੇਡੀਸੀ ਜਾਂ ਡਾਇਰੈਕਟਰ ਤੇ ਮਾਨਜੂਗ ਹਾਈ ਕੋਰਟ ਦੇ ਵਿੱਚ ਵੀ ਆ ਪਿੱਛੇਤੀ ਤੋਂ ਛੇਤੀ ਨਪਟਾਏ ਜਾਣ ਤੇ ਅਸੀਂ ਉਹਨਾਂ ਦੇ ਛੇਤੀ ਛੇਤੀ ਦਖਲ ਲੈ ਕੇ ਪੰਜਾਬ ਸਰਕਾਰ ਦਾ ਖਜ਼ਾਨਾ ਭਰੀਏ ਪੁਲਿਸ ਦਾ ਇੱਕ ਆਖਰੀ ਸਵਾਲ ਕਿ ਜਿਸ ਤਰ੍ਹਾਂ ਇਹ ਜ਼ਮੀਨ ਤੁਸੀਂ 53 ਏਕੜਾ ਜਿਹੜੀ ਉਹ ਛੜਵਾਈ ਹੈ ਇਸ ਜ਼ਮੀਨ ਤੇ ਹੁਣ ਅੱਗੇ ਸਰਕਾਰ ਦੀ ਕੀ ਪਲੈਨਿੰਗ ਰਹਿਣ ਵਾਲੀ ਹੈ ਇੱਥੇ ਕੋਈ ਪ੍ਰੋਜੈਕਟ ਲਾਉਣ ਦੀ ਪਲੈਨਿੰਗ ਹੈ ਜਾਂ ਫਿਰ ਇਹ ਜ਼ਮੀਨ ਤੇ ਖੇਤੀ ਹੋਣੀ ਹੈ ਵੇਖੋ ਪਹਿਲਾਂ ਤੇ ਅਸੀਂ ਇਹ ਜ਼ਮੀਨ ਜਿਹੜੀ ਆ ਜਿਹੜੇ ਭਰਾਵਾਂ ਦੇ ਥੱਲੇ ਵਗਦੀ ਸੀ ਪਹਿਲ ਉਹਨਾਂ ਨੂੰ ਦਵਾਂਗੇ ਚਕੋਤੇ ਤੇ ਦਵਾਂਗੇ ਠੇਕੇ ਤੇ ਜੇ ਉਹ ਬੰਦੇ ਠੇਕਾ ਦੇਂਦੇ ਆ ਤੇ ਉਹ ਬਿਸ਼ਾ ਕਾ ਕੇ ਤੇ ਖੇਤੀ ਕਰ ਲੈਣ ਜੇ ਉਹ ਨਹੀਂ ਦੇਣਗੇ ਫਿਰ ਖੁੱਲੀ ਬੋਲੀ ਰੱਖਾਂਗੇ ਜਿਹੜਾ ਬੰਦਾ ਵੱਧ ਪੈਸੇ ਦਵੇਗਾ ਚਕੋਤੇ ਦੇ ਠੇਕੇ ਦੇ ਉਹਨੂੰ ਅਸੀਂ ਪਹਿਲੀ ਦਵਾਂਗੇ ਤੇ ਆਉਣ ਵਾਲੇ ਸਮੇਂ 'ਚ ਜੇ ਕਿਤੇ ਲੋੜ ਪੈਂਦੀ ਆ ਇਹ ਜ਼ਮੀਨ ਦੀ ਕਿਸੇ ਵਰਤੋਂ 'ਚ ਲਿਆਉਂਦੀ ਸਰਕਾਰੀ ਤੌਰ ਤੇ ਉਹ ਸਰਕਾਰੀ ਤੌਰ ਤੇ ਵਰਤੋਂ 'ਚ ਵੀ ਲਿਆਵਾਂਗੇ ਤੁਹਾਡੇ ਗੰਤ ਭਾਵਾ ਕਿ ਜਿਵੇਂ ਲੋਕਾਂ ਨੇ ਜਿਨ੍ਹਾਂ ਨੇ ਕੋਈ ਆਪਦੀ ਬਜਾਈ ਕੀਤੀ ਹੋਈ ਆ ਤਾਂ ਉਹ ਬਜਾਈ ਉਹਨਾਂ ਦੀ ਅਜਾਈ ਨਹੀਂ ਜਾ ਸਕਦੀ ਉਹ ਬਿਲਕੁਲ ਜੇ ਕਿਸੇ ਨੇ ਬਜਾਈ ਕੀਤੀ ਆ ਜਾਂ ਅਜੇ ਨਹੀਂ ਬਜਾਈ ਕੀਤੀ ਗਾ ਬਜਾਈ ਕਰਨਾ ਚਾਹੁੰਦੇ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਲਾਉਣੀ ਆ ਜਾਂ ਕੋਈ ਹੋਰ ਫਸਲ ਬੀਜਣੀ ਆ ਉਹ ਆ ਠੇਕੇ ਤੇ ਲੈਣ ਚਕੋਤਾ ਦੇਣ ਤੇ ਉਹ ਬੀ ਸਕਦੇ ਸਾਡਾ ਇਹ ਨਹੀਂ ਮੰਤਬ ਕਿ ਜੇ ਕੋਈ ਖੇਤੀ ਕਰਦਾ ਵਾ ਸਾਡੀ ਸਰਕਾਰੀ ਜ਼ਮੀਨ ਤੇ ਵੀ ਉਹ ਤੋਂ ਹੀ ਛਡਾਉਣੀ ਆ ਜੇ ਉਹ ਸਾਨੂੰ ਚਕੋਤਾ ਦੇਂਦਾ ਠੇਕੇ ਤੇ ਪੈਸੇ ਦੇਂਦਾ ਤੇ ਉਹ ਬਿਸ਼ੱਕ ਵਾਵੇ ਸਾਡਾ ਕੋਈ ਕਿਸੇ ਨਾਲ ਮਤ ਪੇੜਦ ਨਹੀਂਗਾ ਕੋਈ ਕਿਸੇ ਨਾਲ ਸਾਡਾ ਵੰਡ ਵਿਹਾਰ ਨਹੀਂਗਾ ਇਹ ਤੇ ਸਾਡੇ ਭਰਾ ਨੇ ਬਸ ਇੰਨਾ ਹੀ ਆ ਸਾਡਾ ਵੀ ਜਿਹੜੀ ਸਾਡੀ ਜ਼ਮੀਨ ਆ ਉਹਦਾ ਚਕੋਤਾ ਜ਼ਰੂਰਤਾਰ ਪਾਂ ਕੈਬਨ ਮੰਤਰੀ ਲਾਲਜੀਤ ਸਿੰਘ ਪੁਲਰੋਣੀ ਸਾਹਤੁਰ ਤੇ ਕਹਿੰਦੇ ਨੇ ਕਿ ਜਿਹੜਾ ਸਰਕਾਰੀ ਜ਼ਮੀਨਾਂ ਤੇ ਲੋਕਾਂ ਨੇ ਆਪਣੇ ਰਸੂਕ ਤੇ ਚੱਲਦੇ ਆ ਕਬਜ਼ੇ ਕੀਤੇ ਹੋਏ ਨੇ ਉਹਨਾਂ ਨੂੰ ਛਡਵਾ ਰਹੇ ਆ ਤੇ ਛਡਵਾ ਕੇ ਹੀ ਦੰਗ ਲਵਾਗੇ ਹੁਣ ਤੱਕ 12000 ਏਕੜ ਦੇ ਕਰੀਬ ਜ਼ਮੀਨ ਤੋਂ ਕਬਜ਼ਾ ਛਡਵਾਉਣ ਦਾ ਦਾਵਾ ਕੀਤਾ ਜਾ ਰਿਹਾ ਤੇ ਨਾਲ ਹੀ ਕਿ ਹਲੇ ਵੀ ਹਜ਼ਾਰਾਂ ਏਕੜ ਜ਼ਮੀਨ ਹੈ ਜਿਹੜੀ ਲੋਕਾਂ ਦੇ ਕਬਜ਼ੇ ਹੇਠ ਹੈ ਤੇ ਛਡਵਾ ਕੇ ਉਹ ਵੀ ਹਟਾਂਗੇ ਪ੍ਰਨਾਲੀ ਆਪਦੇ ਵਿਭਾਗ ਦੇ ਅਫਸਰਾਂ ਤੇ ਅਧਿਕਾਰੀਆਂ ਨੂੰ ਵੀ ਸੁਨੇਹਾ ਕਿ ਜੇ ਕਿਤੇ ਕੋਈ ਮਿਲੀ ਭੁਗਤ ਜਾਂ ਗੜਬੜ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਤਾਂ ਸਿਆਣੇ ਬਣ ਜਾਓ ਕਾਰਵਾਈ ਤੁਹਾਡੇ ਤੇ ਵੀ ਹੋਣ ਵਾਲੀ ਹੈ ਕੈਮਰਾਮੈਨ ਅਜੇ ਕੁਮਾਰ ਦੇ ਨਾਲ ਨੁਪਿੰਦਰ ਸਿੰਘ ਬਰਾੜ న్యూਸ 18 ਡੇਰਾ ਬਸੀ